ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ? ਮੈਂ ਪੂਰੇ ਲੁਧਿਆਣਾ ਨਿਵਾਸੀਆਂ ਦਾ ਅਤੇ ਪੰਜਾਬ ਦੇ ਨਿਵਾਸੀਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ 'ਤੇ ਬਹੁਤ ਅਪਾਰ ਕੀ ਕਿਰਪਾ ਕੀਤੀ ਹੈ। ਬਸ ਹੋਰ ਕੁਛ ਨਹੀਂ, ਲਵ ਯੂ ਲੁਧਿਆਣਾ। ਫਟੇ ਜਕਦੇ ਬਿਲਕੁਲ ਸਿਮਰਜੀਤ ਸਿੰਘ ਬੈਂਸ ਸਾਹਿਬ ਹੋਰਾਂ ਨੇ ਵੀ ਬਹੁਤ ਕਿਰਪਾ ਕੀਤੀ ਹੈ, ਤਲਵਾਰ ਸਾਹਿਬ ਨੇ ਬਹੁਤ ਕਿਰਪਾ। ਮੈਂ ਧੰਨਵਾਦੀ ਹਾਂ ਪੰਜਾਬ ਦੇ ਲੋਕਾਂ ਦਾ, 7 ਸੀਟਾਂ ਤੇ ਸਾਨੂੰ ਜਿੱਤ ਹਾਸਲ ਹੋਈ ਹੈ। ਮੈਂ ਕਹਿੰਦਾ ਸੀ ਵੱਡਾ ਨੰਬਰ ਸਾਡਾ ਹੋਏਗਾ, ਮੈਂ ਪੂਰੇ ਲੁਧਿਆਣਾ ਨਿਵਾਸੀਆਂ ਦਾ ਤੇ ਪੰਜਾਬ ਦੇ ਨਿਵਾਸੀਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ 'ਤੇ ਬਹੁਤ ਅਪਾਰ ਕੀ ਕਿਰਪਾ ਕੀਤੀ ਹੈ। ਬਸ ਹੋਰ ਕੁਛ ਨਹੀਂ, ਲਵ ਯੂ ਲੁਧਿਆਣਾ। ਬਿਲਕੁਲ ਸੰਦੀਪ ਸੰਧੂ ਫਟੇ ਜਕਦੇ ਬਿਲਕੁਲ ਸਿਮਰਜੀਤ ਸਿੰਘ ਬੈਂਸ ਸਾਹਿਬ ਹੋਰਾਂ ਨੇ ਵੀ ਬਹੁਤ ਕਿਰਪਾ ਕੀਤੀ ਹੈ, ਤਲਵਾਰ ਸਾਹਿਬ ਨੇ ਬਹੁਤ ਕਿਰਪਾ। ਮੈਂ ਧੰਨਵਾਦੀ ਹਾਂ ਪੰਜਾਬ ਦੇ ਲੋਕਾਂ ਦਾ, 7 ਸੀਟਾਂ ਤੇ ਸਾਨੂੰ ਜਿੱਤ ਹਾਸਲ ਹੋਈ ਹੈ। ਮੈਂ ਕਹਿੰਦਾ ਸੀ ਵੱਡਾ ਨੰਬਰ ਸਾਡਾ ਹੋਏਗਾ, ਮੈਂ ਪੂਰੇ ਲੁਧਿਆਣਾ ਨਿਵਾਸੀਆਂ ਦਾ ਤੇ ਪੰਜਾਬ ਦੇ ਨਿਵਾਸੀਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ 'ਤੇ ਬਹੁਤ ਅਪਾਰ ਕੀ ਕਿਰਪਾ ਕੀਤੀ ਹੈ। ਬਸ ਹੋਰ ਕੁਛ ਨਹੀਂ, ਲਵ ਯੂ ਲੁਧਿਆਣਾ। ਬਿਲਕੁਲ ਸੰਦੀਪ ਸੰਧੂ ਫਟੇ ਜਕਦੇ ਬਿਲਕੁਲ ਸਿਮਰਜੀਤ ਸਿੰਘ ਬੈਂਸ ਸਾਹਿਬ ਹੋਰਾਂ ਨੇ ਵੀ ਬਹੁਤ ਕਿਰਪਾ ਕੀਤੀ ਹੈ, ਤਲਵਾਰ ਸਾਹਿਬ ਨੇ ਬਹੁਤ ਕਿਰਪਾ। ਮੈਂ ਧੰਨਵਾਦੀ ਹਾਂ ਪੰਜਾਬ ਦੇ ਲੋਕਾਂ ਦਾ, 7 ਸੀਟਾਂ ਤੇ ਸਾਨੂੰ ਜਿੱਤ ਹਾਸਲ ਹੋਈ ਹੈ। ਮੈਂ ਕਹਿੰਦਾ ਸੀ ਵੱਡਾ ਨੰਬਰ ਸਾਡਾ ਹੋਏਗਾ, ਮੈਂ ਕਹਿੰਦਾ 0-13 ਮੈਨੂੰ ਪੁੱਛੋ ਮਾਨ ਸਾਹਿਬ ਨੂੰ ਕੀ ਹੋਇਆ ਬਈ ਓਏ।